ਨਾਲ ਲੱਗਦੀ ਹੋਈ ਮਾਰਕੀਟ ਦੀ ਬੇਸਮੈਂਟ ਜੋ ਹੈ ਉਹ ਵੀ ਪਾਣੀ ਨਾਲ ਦੇਖ ਸਕਦੇ ਹੋ ਤੁਸੀਂ ਬਿਲਕੁਲ ਭਰੀ ਹੋਈ ਔਰ ਦੇਖੋ ਔਰ ਪੂਰੀ ਤਰ੍ਹਾਂ ਉਹ ਬਿਲਕੁਲ ਭਰੀ ਹੋਈ ਹੈ ਮਾਰਕੀਟ ਪਾਣੀ ਦੇ ਨਾਲ ਇਸ ਤੋਂ ਬਾਅਦ ਪੀਏਪੀ ਚੌਂਕ ਤੁਸੀਂ ਦੇਖ ਸਕਦੇ ਹੋ ਬਿਲਕੁਲ ਸੜਕ ਪਾਣੀ ਨਾਲ ਭਰੀ ਹੋਈ ਇਹ ਹੈ ਜੀ ਰਾਮਾ ਮੰਡੀ ਚੌਂਕ ਔਰ ਪਾਣੀ ਨਾਲ ਬਿਲਕੁਲ ਭਰਿਆ ਹੋਇਆ ਔਰ ਟ੍ਰੈਫਿਕ ਵੀ ਬਹੁਤ ਜ਼ਿਆਦਾ ਜਾਮ ਹੈ ਔਰ ਕਾਫੀ ਗੱਡੀਆਂ ਜਿਹੜੀਆਂ ਹੈਗੀਆਂ ਖਰਾਬ ਵੀ ਹੋਈਆਂ ਔਰ ਪਾਣੀ ਵਿੱਚ ਰੁਕ ਵੀ ਗਈਆਂ ਤਾਂ ਦੋਸਤੋ ਇਹ ਸੀ ਮੇਰਾ ਅੱਜ ਦਾ ਵਲੌਗ ਔਰ ਇਹ ਵਲੌਗ ਤੁਹਾਨੂੰ ਕਿਹੋ ਜਿਹਾ ਲੱਗਾ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਔਰ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਥੈਂਕ ਯੂ ਸੋ ਮੱਚ ਭਿੱਜਣ ਵੀ ਨਹੀਂ ਦਿੱਤਾ ਪੈਕਿੰਗ ਕਰਕੇ ਲੈ ਕੇ ਆਇਆ ਪੀਏਪੀ ਚੌਂਕ ਰਾਮਾ ਮੰਡੀ ਬਹੁਤ ਹੀ ਜ਼ਿਆਦਾ ਪਾਣੀ ਸੀ ਜੇ ਗੱਡੀਆਂ ਕਈ ਰੁਕੀਆਂ ਹੋਈਆਂ ਇੰਨਾ ਇੰਨਾ ਪਾਣੀ